गुड मॉर्निंग स्टूडेंट्स। बेटे अज आपां ने करना हैगा चैप्टर नंबर 3 नैपोलियन बोनापार्ट। इस चैप्टर दे विच आपां नैपोलियन बोनापार्ट बारे जाणांगे कि नैपोलियन बोनापार्ट कौन सी, उसका आरंभिक जीवन किवें दा सी, उसने किहड़े किहड़े सुधार किए ते उसकी असफलता दे किहड़े किहड़े कारण सीगे, इह आपां इस चैप्टर दे विच पढ़ांगे। सो अज दे लैक्चर विच आपां गल करदे हां नैपोलियन बोनापार्ट बारे कि उह कौन सीगा, उसका मुढ़ला जीवन किवें दा सीगा। नैपोलियन बोनापार्ट सी जिहड़ा कल्ला फ्रांस दे इतिहास च ही नहीं सगों यूरप दे सारे इतिहास विच इक महान व्यक्ति मन्निया जांदा है। अपने समकाली लोकां वल्लों उस दी बहुत ज़्यादा प्रशंसा ते घिरना प्राप्त है। उस नूं सब तो पहला सी उह जदों फ्रांसीसी क्रांति होई सी उस समय उह इक सधारण फौजी अफसर सीगा। उस क्रांति दीयां घटनावां तो वह बहुत ज़्यादा प्रभावित होया सी अते उसने क्रांतिकारियां दा उत्साह नाल बहुत पक्ष लिया सी। काफ़ी समा उसने सी जिहड़ा फौज दे विच नौकरी कीती इक सैनिक दे रूप दे विच, अते बाद दे विच उसनूं राजनीतिक शक्ति भी प्राप्त होई। उसने फ्रांस दे पहले कौंसल 1799 ईस्वी तो लैके 1804 ईस्वी तक फ्रांस दे पहले कौंसल दे रूप विच काम कीता अते फिर फ्रांस दे सम्राट दे रूप विच कई वरियां तक प्रमुख यूरपी देशां विरुद्ध सफल युद्ध लड़े। फ्रांस दा इह सम्राट दे रूप विच उह 1804 तो लैके 1814 तक रिहा अते अपनी शक्ति विच उहने बहुत ज़्यादा वाधा कीता, भावें अंत 1814-15 ईस्वी विच उस नूं हार दा मूँह देखणा पिया, पर फिर भी उस दा जिहड़ा आधुनिक काल दा ਉਹ ਸਭ ਤੋਂ ਮਹਾਨ ਜੇਤੂ ਅਤੇ ਜਰਨੈਲ ਮੰਨਿਆ ਜਾਂਦਾ। ਜਿਹੜਾ ਨੈਪੋਲੀਅਨ ਸੀ ਉਹ ਫਰਾਂਸ ਦੇ ਇਤਿਹਾਸ ਵਿੱਚ ਸਿਰਫ ਆਪਣੀਆਂ ਜਿੱਤਾਂ ਲਈ ਹੀ ਨਹੀਂ ਸਗੋਂ ਕਈ ਪ੍ਰਕਾਰ ਦੇ ਸੁਧਾਰਾਂ ਲਈ ਵੀ ਪ੍ਰਸਿੱਧ ਹੈਗਾ। ਭਾਵੇਂ ਉਸ ਦੀਆਂ ਜਿੱਤਾਂ ਅਤਿਅੰਤ ਸ਼ਲਾਘਾਯੋਗ ਸਨ ਫਿਰ ਵੀ ਇਹ ਅਸਥਾਈ ਸਿੱਧ ਹੋਈਆਂ, ਜਦਕਿ ਉਸ ਰਾਹੀਂ ਕੀਤੇ ਗਏ ਅੰਦਰੂਨੀ ਸੁਧਾਰਾਂ ਦਾ ਪ੍ਰਭਾਵ ਅਜੇ ਤੱਕ ਵੀ ਵੇਖਿਆ ਜਾ ਸਕਦਾ ਹੈ। ਭਾਵ ਕਿ ਜਿਹੜੇ ਉਸ ਦੇ ਸੁਧਾਰ ਨੇ ਉਹਨਾਂ ਦਾ ਪ੍ਰਭਾਵ ਆਪਾਂ ਅੱਜ ਵੀ ਦੇਖ ਸਕਦੇ ਹਾਂ, ਬਹੁਤ ਮਹਾਨ ਉਹਨੇ ਸੁਧਾਰ ਕੀਤੇ। ਜੇ ਆਪਾਂ ਗੱਲ ਕਰੀਏ ਉਸ ਦੀਆਂ ਜਿੱਤਾਂ ਦੀ, ਉਸ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਤਾਂ ਕੀਤੀਆਂ, ਪਰ ਫਿਰ ਵੀ ਉਸ ਨੂੰ ਅਸਫਲਤਾ ਦਾ ਜਿਹੜਾ ਇੱਕ ਦਿਨ ਰਾਹ ਸੀ ਉਹ ਦੇਖਣਾ ਪਿਆ। ਉਹ ਇੰਨਾ ਜੇਤੂ ਹੋਣ ਦੇ ਬਾਵਜੂਦ ਵੀ ਉਹ ਅਸਫਲ ਹੋਇਆ ਬਾਅਦ ਦੇ ਵਿੱਚ। ਸੋ ਆਪਾਂ ਗੱਲ ਕਰਦੇ ਹਾਂ ਉਸ ਦੇ ਆਰੰਭਿਕ ਜੀਵਨ ਦੀ। ਸਭ ਤੋਂ ਪਹਿਲਾਂ ਜਨਮ ਅਤੇ ਮਾਤਾ ਪਿਤਾ। ਨੈਪੋਲੀਅਨ ਦਾ ਜਨਮ ਸੀ ਜਿਹੜਾ ਭੂ ਮੱਧ ਸਾਗਰ ਵਿੱਚ ਕੋਰਸਿਕਾ ਨਾਮੀ ਟਾਪੂ ਦੇ ਸ਼ਹਿਰ ਐਜਾਸੀਓ ਸ਼ਹਿਰ ਦੇ ਵਿੱਚ 15 ਅਗਸਤ 1769 ਈਸਵੀ ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਸੀ ਜਿਹੜਾ ਚਾਰਲਸ ਬੋਨਾਪਾਰਟ ਸੀਗਾ, ਜੋ ਕਿ ਇੱਕ ਛੋਟੀ ਕੁਲੀਨ ਸ਼੍ਰੇਣੀ ਨਾਲ ਸੰਬੰਧ ਰੱਖਦੇ ਸੀ। ਉਹਨਾਂ ਦੀ ਮਾਤਾ ਦਾ ਨਾਂ ਲੇਤੀਜੀਆ ਰਮੋਲਿਨੋ ਸੀ। ਉਹ ਬਹੁਤ ਜ਼ਿਆਦਾ ਸੁੰਦਰ ਅਤੇ ਉੱਚੇ ਚਰਿੱਤਰ ਵਾਲੀ ਇਸਤਰੀ ਸੀ। ਆਪਣੇ ਮਾਤਾ ਪਿਤਾ ਦੇ 8 ਬੱਚਿਆਂ ਵਿੱਚੋਂ 5 ਲੜਕੇ ਅਤੇ 3 ਲੜਕੀਆਂ ਵਿੱਚੋਂ ਜਿਹੜਾ ਨੈਪੋਲੀਅਨ ਸੀ ਉਹ ਦੂਸਰੇ ਸਥਾਨ 'ਤੇ ਸੀਗਾ। ਸਟੂਡੈਂਟਸ ਇੱਕ ਮੇਨ ਗੱਲ ਇਹ ਹੈ ਕਿ ਜਿਹੜਾ ਨੈਪੋਲੀਅਨ ਸੀ ਉਹ ਬਹੁਤ ਇੱਕ ਆਮ ਜੇ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਬਹੁਤ ਗਰੀਬ ਪਰਿਵਾਰ ਦਾ ਬੱਚਾ ਸੀ ਉਹ, ਅਤੇ ਬਾਅਦ ਦੇ ਵਿੱਚ ਉਸਨੇ ਕਿੰਨੀ ਜ਼ਿਆਦਾ ਜਿਹੜੀ ਤਰੱਕੀ ਕੀਤੀ। ਅੱਗੇ ਆਪਾਂ ਗੱਲ ਕਰਦੇ ਹਾਂ ਉਸਦੇ ਬਚਪਨ ਅਤੇ ਸਿੱਖਿਆ ਦੀ। ਬਚਪਨ ਤੋਂ ਹੀ ਜਿਹੜਾ ਨੈਪੋਲੀਅਨ ਸੀ ਉਹ ਬਹੁਤ ਮਿਹਨਤੀ, ਸਾਹਸੀ ਅਤੇ ਗੁਣਵਾਨ ਵਿਅਕਤੀ ਸੀ ਅਤੇ ਆਪਣੇ ਹੋਰ ਭੈਣਾਂ ਭਰਾਵਾਂ ਤੋਂ ਵਧੇਰੇ ਯੋਗ ਸੀ। ਉਸ ਨੂੰ ਬਹਾਦਰ ਸਿਪਾਹੀਆਂ ਦੀਆਂ ਕਹਾਣੀਆਂ ਸੁਣਨ ਦਾ ਬਹੁਤ ਸ਼ੌਂਕ ਹੁੰਦਾ ਸੀ। 5 ਸਾਲਾਂ ਦੀ ਉਮਰ ਵਿੱਚ ਹੀ ਉਹ ਸ਼ਹਿਰ ਦੀਆਂ ਗਲੀਆਂ ਵਿੱਚ ਛੋਟੇ ਛੋਟੇ ਬੱਚਿਆਂ ਦੀ ਫੌਜ ਬਣਾ ਕੇ ਝੂਠ ਮੂਠ ਦੀਆਂ ਲੜਾਈਆਂ ਕਰਾਉਂਦਾ ਹੁੰਦਾ ਸੀ। ਬੱਚੇ ਦੇ ਸ਼ੌਂਕ ਨੂੰ ਵੇਖਦੇ ਹੋਏ ਮਾਤਾ ਪਿਤਾ ਨੇ ਨੈਪੋਲੀਅਨ ਨੂੰ ਸੈਨਿਕ ਸਿੱਖਿਆ ਦੇਣ ਦਾ ਜਿਹੜਾ ਫੈਸਲਾ ਕੀਤਾ ਸੀਗਾ। ਅੱਗੇ ਆਪਾਂ ਗੱਲ ਕਰਦੇ ਹਾਂ ਉਸ ਦੀ ਸਿੱਖਿਆ ਦੀ। ਆਉਤਨ ਦੇ ਸਕੂਲ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਮਈ 1779 ਈਸਵੀ ਵਿੱਚ ਉਸਨੇ ਬ੍ਰਾਇਨ ਦੇ ਪ੍ਰਸਿੱਧ ਸਕੂਲ ਵਿੱਚ ਦਾਖਲਾ ਲਿਆ ਅਤੇ ਉਸਨੇ ਇੱਥੇ 5 ਸਾਲ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਅਕਤੂਬਰ 1785 ਈਸਵੀ ਵਿੱਚ ਉਸਨੇ ਪੈਰਿਸ ਦੇ ਸੈਨਿਕ ਸਕੂਲ ਵਿੱਚ ਦਾਖਲਾ ਲਿਆ, ਕਿਉਂਕਿ ਉਸ ਨੂੰ ਜਿਹੜਾ ਫੌਜ ਦੀਆਂ ਲੜਾਈਆਂ ਦਾ ਬਚਪਨ ਤੋਂ ਹੀ ਸ਼ੌਂਕ ਸੀ, ਜਿਸ ਕਰਕੇ ਉਸਨੇ ਜਿਹੜੀ ਸਿੱਖਿਆ ਵੀ ਸੈਨਿਕ ਸਕੂਲਾਂ ਵਿੱਚ ਹੀ ਪ੍ਰਾਪਤ ਕੀਤੀ ਸੀ। ਉਸ ਦਾ ਜਿਹੜਾ ਵਿਦਿਆਰਥੀ ਜੀਵਨ ਸੀ ਉਹ ਬਹੁਤ ਔਖਾ ਸੀ, ਕਿਉਂਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਗਰੀਬੀ ਦੇ ਕਾਰਨ ਉਸ ਨੂੰ ਸੀ ਜਿਹੜਾ ਅਕਸਰ ਹੀ
अमीर विद्यार्थियों के सामने जो शर्मिंदा होना पैंदा सी, बट आम विद्यार्थियों नालों बधेरे लायक सी, बधेरे मेहनती सी, बधेरे संजमी सी, अते इन्हां गुणा करके ही वह अपने अध्यापकों के विच बहुत ज़्यादा हरमन प्यारा सी। उस दे एक अध्यापक ने उस बारे एक बार लिखिया सी कि यह नौजवान फौलाद दा बनिया होया है अते इस दे अंदर एक ज्वालामुखी भख रहा है जो बाद दे विच सच होया। अगे हैगा सैनिक दे रूप विच, सैनिक सिक्ख्या पूरी करन तो पिछों जिहड़ा नैपोलियन सी 16 साल की उम्र विच फ्रांसीसी सेना दे तोपखाना विच उप लैफ्टीनेंट वजों भर्ती हो गया सी। उस दी तनखाह इत्थे बहुत थोड़ी सी जिस कारण उस खुश नहीं सी, संतुष्ट नहीं सी। वह बहुत घट सौंदा सी अते दिन विच एक वेले ही खाना खांदा सी। वह अपना ज़्यादा समा सी जिहड़ा पढ़न लिखण विच गुजारदा सी। उसने क्रांतिकारी साहित्य पढ़िया सी। वह रूसो दियां रचनावां तो बहुत ज़्यादा प्रभावित होया सी। वह फ्रांसीसियां नूं बहुत नफ़रत करदा सी अते कोरसिका नूं आज़ाद करवाउण दे सुपने वेख रहा सी। अगे आपां गल करदे हां उसदे विआह दी। अक्तूबर 1795 ईस्वी विच नैपोलियन दी जिहड़ी मुलाकात है एक सुंदर विधवा दे नाल होई, जोसोफीन जिहदा असली नां सीगा मेरी रोज़ सीगा। 9 मार्च 1796 ईस्वी नूं एक सरल जिही रस्म नाल दोवां दा प्रेम विआह होया। जिहड़ी उसदी पत्नी सीगी जोसोफीन, उस समय वह नैपोलियन तो 6 साल वड्डी सी अते 2 बच्चियां दी माँ सी। उस दे बेटे दी उम्र 15 साल अते बेटी दी उम्र 13 साल सी। 2 बच्चियां दी वह माँ सीगी। ते उस तो बाद विआह तो बाद सै फौज दे विच नौकरी करन तो बाद जिहड़ा बाद दे विच वह उसने राजनीति विच एंट्री कीती। उसनू राजनीतिक जिहड़ी शक्ति प्राप्त होई। 1799 ईस्वी तो लै के 1804 ईस्वी तक उसने फ्रांस दे पहले कंसल वजों काम कीता ते बाद दे विच फ्रांस दे सम्राट वजों भी वह अहुदे ते रहा। सो ए सीगा नैपोलियन बारे जानकारी, नैपोलियन दा मुढ़ला जीवन। नैक्सट आपां गल करांगे नैपोलियन दे सुधारां दी।